खेती बिलों के विरोध में दिल्ली कूच करने लिए किसानों के इरादों तो लगता दिल्ली घबरा गई है। जी हाँ, इसलिए पंजाब हरियाणा बॉर्डर नूं हरियाणा सरकार वालों सील कर दिया गया। आखिर की ने हालात जानते हाँ इस खबर के विच। नाल तेरे पंजाब सियां बस ना दी आड़ी दिल्ली दी कालियां नीतियां करदे लागू और नीयत माड़ी दिल्ली दी तेरे गल तक पहुंच गई है आन कुहाड़ी दिल्ली दी ओए तेरियां खुदकुशियां ते कातों बजदी ताड़ी दिल्ली दी वेला आ गया जा किसाना दे सिस्टम दे हड़क च फाना आ वेला आ गया जा किसाना दे सिस्टम दे हड़क च फाना खेतरे खोण नु फिरदा ਵੱਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਦਿੱਲੀ ਵਿੱਚ 26-27 ਨੂੰ ਜਾ ਕੇ ਆਰ ਪਾਰ ਦੀ ਲੜਾਈ ਲਈ ਪਿੰਡਾਂ 'ਚ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਕਦਮ ਹਰਿਆਣਾ ਵੱਲ ਵਧਣੇ ਸ਼ੁਰੂ ਹੋ ਗਏ ਹਨ। ਸੁਰੱਖਿਆ ਦੇ ਇੰਤਜ਼ਾਮ ਵੀ ਹਰਿਆਣਾ ਸਰਕਾਰ ਵੱਲੋਂ ਕਰ ਲਏ ਗਏ ਨੇ। ਇਸੇ ਤਰ੍ਹਾਂ ਹੀ ਸੰਗਰੂਰ 'ਚ ਪੰਜਾਬ ਦੇ ਕਈ ਜ਼ਿਲ੍ਹਿਆਂ ਜਿਨ੍ਹਾਂ ਵਿੱਚ ਬਠਿੰਡਾ, ਮਾਨਸਾ, ਬਰਨਾਲਾ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ ਅਤੇ ਸੰਗਰੂਰ ਦੇ ਕਿਸਾਨ ਰਾਤ ਦੇ ਸਮੇਂ ਹੀ 2000 ਦੇ ਕਰੀਬ ਟਰੈਕਟਰ ਟਰਾਲੀ ਲੈ ਕੇ ਇਕੱਠੇ ਹੋਏ। त्याजी किसानों ने हरियाणा के रास्ते दिल्ली लई कूच कर दिता। किसानों का कहना है कि हरियाणा पंजाब की सरहद ते पुलिस फोर्स तैनात हो गई है ताकि किसान दिल्ली ना पहुंच सकन। किसानों ने यह भी कहा कि जेकर उन्होंने दिल्ली च दाखिल नहीं होने दिता तो दिल्ली जाने वाली सारिया सड़कों जाम कर दिया जाएगा। बस इन्ना ही नहीं, किसानों ने कहा कि जे सानू प्रदर्शन की इजाजत नहीं दी गई तो वह संसद पहुंचे पर असी दिल्ली जाके ही दम लवेंगे। जेकर रास्ते विच हरियाणा सरकार रोकने की कोशिश करेगी तो सख्त एक्शन लिया जाएगा। फिलहाल लखां दी तादाद विच किसान अगले कई महीनों का राशन लैके दिल्ली लई निकल पए ने। देखो जिहड़ी संख्या है वह तो साडी जिहड़ी हैगी है वी हज़ारां की गिणती च है। जिहड़ी ट्रैक्टरां की गिणती है वह जजमेंट पूरी नहीं हो रही। जिहड़े कल दे शाम दे इत्थे ट्रैक्टर आउणे शुरू होए वे आ, कुछ ट्रैक्टर अगे नंगे आ, पिछे नंगे आ, कुछ इत्थे भी इकट्ठे होए आ। हुण असीं जिहड़ा इत्थों कल दा साडे जिहड़े जिला दूर सीगे ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਫਰੀਦਕੋਟ, ਉਹਨਾਂ ਨੂੰ ਇੱਕ ਦਿਨ ਲੱਗਣਾ ਹੀ ਸੀਗਾ। ਉਹ ਤੁਰੇ ਨੇ ਕੱਲ੍ਹ ਦੇ, ਇੱਕ ਦਿਨ ਲੱਗੇ, ਸ਼ਾਮ ਨੂੰ ਅਸੀਂ ਸਾਰੀ ਰਾਤ ਇੱਥੇ ਇਕੱਠੇ ਹੋਏ ਹਾਂ। ਹਜੇ ਵੀ ਕੁਛ ਲੋਕ ਮਸਤੂਆਣੇ ਖੜ੍ਹੇ ਆ, ਮਸਤੂਆਣੇ ਹੁਣ ਤੁਰੇ ਆ, ਕੁਛ ਹਜੇ ਹੋਟਲਾਂ 'ਤੇ ਖੜ੍ਹੇ ਆ। ਤਾਂ ਤਕਰੀਬਨ ਜਿਹੜਾ ਹੁਣ ਅਸੀਂ ਮਹਿਲ ਚੌਂਕ ਤੋਂ ਇੱਥੋਂ ਰੂਟ ਆ ਜਿਹੜਾ ਉਹ ਦਿੱਲੀ ਵੱਲ ਨੂੰ ਇੱਥੋਂ ਤੁਰਦੇ ਹਾਂ। ਅੱਗੇ ਦੇਖਦੇ ਹਾਂ ਕਿਹੋ ਜਿਹਾ ਰੂਟ ਹੈ, ਕੀ ਆ। ਸਾਡੇ ਜਿਹੜੇ ਸੰਗਰੂਰ ਦੇ ਆਗੂ ਹੈ ਇਸ ਜ਼ਿਲ੍ਹੇ ਦੇ ਨਾਲ, ਉਹ ਸਾਡੇ ਨਾਲ ਹੋਣਗੇ। ਸਰਕਾਰ ਕਿੱਥੇ ਰੋਕਦੀ ਆ, ਸਰਕਾਰ ਕੀ ਕਰਦੀ ਆ, ਉਹਨਾਂ ਦੀ ਮਰਜ਼ੀ ਹੈ। ਸਾਡਾ ਦਿੱਲੀ ਜਾਣ ਦਾ ਹੈਗਾ ਪ੍ਰੋਗਰਾਮ। ਅਸੀਂ ਜਿਹੜੀ ਤਿਆਰੀ ਕੀਤੀ ਹੈ ਤੁਸੀਂ ਦੇਖੋਗੇ 26 ਅਤੇ 27 ਦੀ ਅਣਮੱਥੇ ਸਮੇਂ ਜਿਹੜਾ ਸਾਨੂੰ ਕਿੰਨਾ ਸਮਾਂ ਲੱਗਣਾ, ਉਹ ਸਾਡੇ ਕੋਲ ਰਾਸ਼ਨ ਦਾ ਪੂਰਾ ਪ੍ਰਬੰਧ ਹੈ। ਜੇ ਸਰਕਾਰ ਰੋਕਦੀ ਹੈ ਉਹਨਾਂ ਦੀ ਮਰਜ਼ੀ ਹੈ, ਸਾਡੀ ਨਹੀਂ। ਕਿਉਂਕਿ ਜਿਹੜਾ ਇਹ ਟਾਈਮ ਹੈ, ਜਿਹੜੇ ਟਰੈ ਟਰਾਲੀਆਂ, ਅਸੀਂ ਕੋਈ ਇਹ ਨਹੀਂ ਵੀ ਅੱਗੇ ਜਾ ਰਹੇ ਜਾਂ ਪਿੱਛੇ ਜਾ ਰਹੇ ਹਾਂ। ਟਰੈ ਟਰਾਲੀਆਂ 1 ਘੰਟੇ ਦੇ ਵਿੱਚ 15 ਕਿਲੋਮੀਟਰ ਕੱਢਦੇ ਆ। ਜਿਹੜਾ ਰੂਟ ਹੈ ਜਿੱਡੀ ਇੱਥੇ ਦਿੱਲੀ ਦੂਰ ਪੈਂਦੀ ਹੈ, ਅਸੀਂ ਸਾਡਾ ਹੈਗਾ ਵੀ ਅੱਜ ਤੋਂ ਜਿਹੜੇ ਸ਼ਾਮ ਤੱਕ ਜਿਹੜਾ ਰੂਟ ਹੈ ਬਹਾਦਰਗੜ੍ਹ ਤੱਕ ਜਾਇਆ ਜਾਵੇ, ਹਰਿਆਣਾ ਪਾਰ ਕੀਤਾ ਜਾਵੇ। ਕੱਲ੍ਹ ਨੂੰ ਜਿਹੜਾ ਅਸੀਂ ਦਿੱਲੀ ਤੋਂ 26 ਨੂੰ ਆਪਦਾ ਜਿਹੜਾ ਪ੍ਰੋਗਰਾਮ ਹੈ ਦਿੱਲੀ ਦੇ ਵਿੱਚ ਦਾ। ਜਿਹੜਾ ਰਾਸ਼ਨ ਪਾਣੀ ਦੀ ਗੱਲ ਆ, ਸਾਡੇ ਕੋਲ ਤਕਰੀਬਨ ਲਗਭਗ 6 ਮਹੀਨਿਆਂ ਤੋਂ ਉੱਪਰ ਦਾ ਰਾਸ਼ਨ ਪਾਣੀ ਆ। ਨਾਲ ਸਾਡੇ ਟਰਾਲੀਆਂ ਜਿਹੜੀਆਂ ਟਰੈ ਟਰਾਲੀਆਂ ਉਹਨਾਂ ਦੀ ਕੋਈ ਗਿਣਤੀ ਨਹੀਂ। ਕੁਛ ਇੱਥੇ ਮਹਿਲਕਲਾ ਪਹੁੰਚ ਗਈਆਂ ਨੇ, ਕੁਛ ਅੱਗੇ ਖੜ੍ਹੀਆਂ ਨੇ, ਕੁਛ ਆ ਰਹੀਆਂ ਨੇ। ਅਤੇ ਜਿਹੜੇ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਲਾਗੂ ਕੀਤੇ ਨੇ, ਭਾਵਾਂ ਕਿ ਕਿੰਨੇ ਵੀ ਬਾਰਡਰ ਸੀਲ ਕਰ ਲਏ, ਸਾਡੀ ਆਰ ਪਾਰ ਦੀ ਲੜਾਈ ਆ, ਕਰੋ ਜਾਂ ਮਰੋ ਦੀ ਲੜਾਈ ਆ। ਅਸੀਂ ਹਰ ਹਾਲ ਦੇ ਵਿੱਚ ਦਿੱਲੀ ਜਾ ਕੇ ਰਹਾਂਗੇ, ਜਿਹੜੇ ਕਾਲੇ ਕਾਨੂੰਨ ਉਹਨਾਂ ਨੂੰ ਵਾਪਸ ਕਰਵਾ ਕੇ ਹੀ ਵਾਪਸ ਮੁੜਾਂਗੇ। ਕਿਸਾਨਾਂ ਦੀ ਆਮਦ ਨੂੰ ਦੇਖਦੇ ਹੋਏ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਇੰਤਜ਼ਾਮ ਕੀਤੇ ਗਏ ਨੇ ਤਾਂ ਜੋ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਿਆ ਜਾਵੇ। ਇਸ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕੇਂਦਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨ ਕਿਸਾਨਾਂ ਦੇ ਲਈ ਫਾਇਦੇਮੰਦ ਹਨ। ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਫਿਰ ਹਰਿਆਣਾ 'ਚ ਕਿਸਾਨਾਂ ਨੂੰ ਘਰ 'ਚ ਨਜ਼ਰਬੰਦ ਕਿਉਂ ਕੀਤਾ ਜਾ ਰਿਹਾ ਹੈ। ਇਸ ਬਾਰੇ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਕਿਸਾਨ ਨੂੰ ਹਰਿਆਣਾ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ। ਅਸੀਂ ਹਰਿਆਣਾ ਨਾਲ ਲੱਗਦੇ ਸਾਰੇ ਬਾਰਡਰ ਉੱਤੇ 2000 ਦੇ ਕਰੀਬ ਜਵਾਨ ਤੈਨਾਤ ਕਰ ਦਿੱਤੇ ਨੇ। ਜੇਕਰ ਕੋਈ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰੇਗਾ ਤਾਂ ਉਸਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
अते नाल ही उन्होंने दस्या कि हरियाणा सरकार ने यात्रियों की सहूलत लिए एक यात्री एडवाइजरी जारी की है, जिस दस्या गया है कि 26 नवंबर 2020 नूं सड़क जरिए पंजाब तो हरियाणा च एंट्री करने वाली थावां ते आवाजाई च रुकावटां दा सामना करना पै सकदा है। इस दे नाल 26 नवंबर अते 27 नवंबर 2020 नूं हरियाणा विच एंट्री करने वाली थावां ते आवाजाई जाम लग्या रह सकदा है। सरकार ने दो दिनां लई दिल्ली सरहद वल जाण तों परहेज करन दी अपील की है। जो हमारे पास इनपुट हैं वो ये है कि वो आज ही मोमेंट कर रहे हैं, आप देखेंगे अब थोड़ी देर में पीछे से ट्रैक्टर ट्रॉली पंजाब के चले हुए हैं, इसलिए आज ही ये, हम तो कल से इसकी तैयारी कर रहे थे लेकिन हमने पीछे से डाइवर्सन करा दिया है, ट्रैफिक डाइवर्ट है सारा का सारा, वो दाएं बाएं से जहां से भी अखबार में के माध्यम से आपके इलेक्ट्रॉनिक्स मीडिया के माध्यम से बताया गया है कि यहाँ से डाइवर्सन। पंजाब के लोगों को नहीं पता कि कौन से रास्ते से जाना है, वो बड़े परेशानी हो रही है पीछे। नहीं नहीं, अखबार में और इलेक्ट्रॉनिक मीडिया के माध्यम से हरियाणा सरकार ने भी सचेत किया है, हमने भी प्रेस नोट जारी किया है कि ये लोग जो है आ रहे हैं, तो हमने चारों तरफ से इसको सील किया हुआ है। उत्थे ही हरियाणा के जींद जिले के डिप्टी कमिश्नर ने इस बारे जानकारी दिंदे दस्या कि हरियाणा जींद च धारा 144 लगा दी गई है, किसी भी किसान नूं हरियाणा विच एंट्री नहीं करन दित्ती जाएगी, ते उन्होंने सारे किसानों नूं अपील की है कि वो कानून अपने हाथ विच ना लै। इसमें जी मैं सभी किसान भाइयों से अनुरोध करूंगा, जिला प्रशासन जींद ने धारा 144 लगाई हुई है, हमारे पंजाब के भी किसान भाई जो हैं उनसे हमारा अनुरोध है कि कानून को अपने हाथ में ना लें। प्रशासन को और जिस तरह का जिला प्रशासन ने यहाँ, क्योंकि धारा 144 है इसलिए यहाँ हमने ये बैरिकेड लगाए हैं, और किसी भी सूरत में किसी भी को भी कानून अपने हाथ में नहीं लेने दिया जाएगा जी। इसमें जी कोई ऐसी सख्ती नहीं, जो कानून का पालन करता है वो अपना रहे, हमने ट्रैफिक एडवाइजरी जारी की हुई है, हम किसी को भी जो शांति प्रिय अपना कार्य कर रहा है उसको हम बाधित नहीं करेंगे, परंतु इस समय कोई भी ऐसे ग्रुप बनाकर 5 से ज़्यादा व्यक्ति की एंट्री जो है किसी व्हीकल की ट्रैक्टर की जींद जिले में नहीं करने दी जाएगी, ये इसमें आदेश हमें है जी बिल्कुल क्लियर। संगरूर तो PBC न्यूज़ ली कीर्ति पाल की रिपोर्ट।